कांग्रेस पार्टी दे जिधे या सुबह पंजाब दे पता यूनिफाइड और स्पीड बॉल दे नहीं पता जो जी बालिया जी जनरल सेक्रेटरी विशाल ऐसी पहला था इन्हें बहुत बहुत तकलीफ करते हैं अभी इन्होंने सानू छोटे जो फंक्शन दे बच्चा ਆਉਣ ਦਾ ਸੱਦਾ ਦਿੱਤਾ ਬੋਲਣ ਦਾ ਸੱਦਾ ਦਿੱਤਾ ਸਪੋਰਟਸ ਦੇ ਸੰਬੰਧ ਵਿੱਚ ਛੋਟਾ ਜਿਹਾ ਫੰਕਸ਼ਨ ਕੀਤਾ ਗਿਆ ਹੈ ਆਮ ਜਿਹੜੇ ਪੇਰੈਂਟਸ ਆਏ ਆ ਬੱਚੇ ਆਏ ਆ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਪੋਰਟਸ ਦਾ ਜੋ ਸਰਕਾਰ ਕਰ ਰਹੀ ਆ ਬੱਚੇ ਜੋ 10th ਔਰ 12th ਦੇ ਵਿੱਚ ਐਗਜ਼ਾਮਸ ਦਿੰਦੇ ਆ ਉਹਨਾਂ ਨੂੰ ਅਗਰ ਉਹ ਸਟੇਟ ਲੈਵਲ ਦੇ ਪੋਜੀਸ਼ਨ ਹਾਸਲ ਕਰਦੇ ਆ ਤਾਂ ਬੋਰਡ ਦੇ ਵਿੱਚ ਉਹਨਾਂ ਨੂੰ 15 ਨੰਬਰ ਜਿਹੜੇ ਆ ਐਕਸਟਰਾ ਦਿੱਤੇ ਜਾਂਦੇ ਆ ਅਗਰ ਉਹ ਇਹ ਬੱਚੇ ਪੋਜੀਸ਼ਨ ਪ੍ਰਾਪਤ ਕਰਦੇ ਆ ਤਾਂ ਉਹਨਾਂ ਬੱਚਿਆਂ ਨੂੰ 25 ਨੰਬਰ ਜਿਹੜੇ ਆ ਸਰਕਾਰ ਵੱਲੋਂ ਗ੍ਰੇਡ ਦੇ ਨਾਲ ਦੇ ਐਕਸਟਰਾ ਦਿੱਤੇ ਜਾਂਦੇ ਆ ਔਰ ਇਵਨ ਜੋ ਸਪੋਰਟਸ ਦੇ ਜਿਹੜੀ ਮੈਰਿਟ ਬਣਦੀ ਆ ਬੋਰਡ ਦੀ ਉਹ ਵੱਖਰੇ ਤੌਰ ਤੇ ਇਹਨਾਂ ਦੇ ਫਸਟ ਸੈਕੰਡ ਥਰਡ ਜਿਹੜੇ ਆ ਉਹ ਵੱਖਰੇ ਤੌਰ ਤੇ ਦਿੱਤੇ ਜਾਂਦੇ ਆ ਆਮ ਬੱਚਿਆਂ ਨਾਲੋਂ ਵੱਖਰਾ ਕਰਕੇ ਇਹਨਾਂ ਨੂੰ ਜਿਹੜੇ ਬੱਚਿਆਂ ਦੀ ਜਿਹੜੀ ਹੈ ਮੈਰਿਟ ਦੇ ਤੌਰ ਤੇ ਇਹਨਾਂ ਨੂੰ ਫਸਟ ਸੈਕੰਡ ਥਰਡ ਦੀ ਪੋਜੀਸ਼ਨ ਦਿੱਤੀ ਜਾਂਦੀ ਹੈ ਤੁਹਾਨੂੰ ਆਈਸੀਸੀ ਨੂੰ ਐਪ ਭੇਜਣੀ ਪਈ ਨਾਲ ਇਸ ਤੁਹਾਨੂੰ ਪੂਰੀ ਦੀ ਪੂਰੀ ਫਿਰ ਹੈ ਜੋ ਜਿਹੜੇ ਬੱਚੇ ਸਾਡੇ ਵਿਨਰਸ ਹੈਗੇ ਆ ਜਿਹੜੀ ਗ੍ਰੇਡਿੰਗ 'ਚ ਹੈਗੇ ਆ ਸਾਨੂੰ ਉਹ ਭੇਜਣੀ ਪਈਗੀ ਨਾ ਲਿਸਟ ਫਿਰ ਆਈਸੀਸੀ ਵੀ ਮੈਡਮ ਤੁਸੀਂ ਦੇਖੋ ਇਸ ਟਾਈਮ ਜੋ ਇਹ ਮੈਂ ਤੁਹਾਨੂੰ ਦੱਸ ਰਿਹਾ ਪੰਜਾਬ ਬੋਰਡ ਦਾ ਪੰਜਾਬ ਬੋਰਡ ਚ ਤੇ ਹੈ ਹੀ ਲੇਕਿਨ ਬੋਰਡ ਦੇ ਵਿੱਚ ਆਈਸੀਐਸਈ ਤੇ ਆਈਸੀਐਸਈ ਹੈ ਉਹ ਚ ਇਹ ਨੰਬਰ ਕਾਊਂਟ ਹੋਣਗੇ ਹੋਣਗੇ ਪਰ ਸਾਨੂੰ ਇਹ ਲਿਸਟ ਫਿਰ ਭੇਜਣੀ ਪਈ ਹਾਂਜੀ ਮੈਡਮ ਉਹ ਲਿਸਟ ਜਿਹੜੀ ਆ ਮੰਗਾਈ ਜਾਂਦੀ ਆ ਲਿਸਟਾਂ ਮੰਗ ਤੋਂ ਪਹਿਲਾਂ ਜਿਹੜੀਆਂ ਬੋਰਡ ਦਾ ਡਾਇਰੈਕਟ ਕਾਊਂਟ ਤੋਂ ਪਹਿਲਾਂ ਜਿਹੜੀਆਂ ਲਿਸਟਾਂ ਮੰਗੀਆਂ ਜਾਂਦੀਆਂ ਸਕੂਲਾਂ ਤੋਂ ਉਹ ਲਿਸਟਾਂ ਸਾਰੀਆਂ ਜਿਹੜੀਆਂ ਜ਼ਿਲ੍ਹੇ ਵਾਈਜ਼ ਇਕੱਠੀਆਂ ਕਰਕੇ ਬੋਰਡ ਨੂੰ ਭੇਜੀਆਂ ਜਾਂਦੀਆਂ ਜਿਸ ਦੇ ਨਾਲ ਜਿਹੜੇ ਆ ਉਹ ਨੰਬਰ ਉਹਨਾਂ ਬੱਚਿਆਂ ਦੇ ਉੱਤੇ ਲੱਗ ਜਾਂਦੇ ਆ ਈਵਨ ਮਤਲਬ ਇਸ ਸਾਲ ਕਿਉਂਕਿ ਕਈ ਬੱਚਿਆਂ ਦੇ ਸਰਟੀਫਿਕੇਟ ਤਾਂ ਈਵਨ ਲੇਟ ਹੋ ਜਾਂਦੇ ਆ ਲਿਸਟਾਂ ਦੇ ਸਕੂਲ ਦੀਆਂ ਲਿਸਟਾਂ ਦੇ ਆਧਾਰ ਤੇ ਹੀ ਜਿਹੜੇ ਭੇਜੇ ਜਾਂਦੇ ਆ ਇਸੇ ਸਾਲ ਹੀ ਉਹਨਾਂ ਬੱਚਿਆਂ ਦੇ ਜਿਹੜੇ ਉਹਨਾਂ ਜਿਹੜੇ ਬੋਰਡ ਦੇ ਨੰਬਰ ਆ ਉਹਦੇ ਵਿੱਚ ਐਡ ਹੋ ਕੇ ਹੋਣਗੇ ਇਹ ਜਿਸ ਤਰ੍ਹਾਂ ਬਾਕੀ ਸਪੋਰਟਸ ਜੋ ਆ ਸਪੋਰਟਸ ਦਾ ਤੁਹਾਨੂੰ ਪਤਾ ਹੀ ਹੈ ਕਿ ਆਮ ਜ਼ਿੰਦਗੀ ਲਈ ਇੱਕ ਬਹੁਤ ਜ਼ਰੂਰੀ ਅੰਗ ਆ ਸਾਰੀ ਹਰ ਕੀ ਤਰ੍ਹਾਂ ਦੀ ਜਿਹੜੀ ਆ ਬੱਚੇ ਦੀ ਵਿਕਾਸ ਜਿਹੜਾ ਸਪੋਰਟਸ ਦੇ ਦੁਆਰਾ ਹੀ ਕੀਤਾ ਜਾਂਦਾ ਈਵਨ ਉਹਨੂੰ ਸਰੀਰਕ ਕਹਿ ਲਓ ਮਾਨਸਿਕ ਕਹਿ ਲਓ ਜਾਂ ਸਮਾਜਿਕ ਤੌਰ ਤੇ ਕਹਿ ਲਓ ਜਾਂ ਭਾਵਨਾਤਮਕ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਹ ਵਿਕਾਸ ਆ ਉਹ ਸਿਰਫ ਸਪੋਰਟਸ ਦੇ ਦੁਆਰਾ ਹੀ ਖੇਡਾਂ ਦੇ ਦੁਆਰਾ ਹੀ ਆਪਾਂ ਕਿਸੇ ਬੱਚੇ ਨੂੰ ਉਹਦਾ ਪੂਰਾ ਸੰਪੂਰਨ ਪੂਰੀ ਪਰਸਨੈਲਿਟੀ ਵਿਕਾਸ ਕਰ ਸਕਦੇ ਹਾਂ ਜੇ ਆਪਾਂ ਸਿਰਫ ਇੱਕ ਕਿਤਾਬ ਦਾ ਕੀ ਹੈ ਕਿਤਾਬ ਦੇ ਵਿੱਚ ਆਪਾਂ ਸਿਰਫ ਕਿਤਾਬੀ ਗਿਆਨ ਆਪਾਂ ਹਾਸਲ ਕਰ ਸਕਦੇ ਹਾਂ ਸਾਡਾ ਮਾਨਸਿਕ ਵਿਕਾਸ ਹੋ ਸਕਦਾ ਹੈ ਪਰ ਸਰੀਰਕ ਵਿਕਾਸ ਲਈ ਸਾਡੇ ਸਰੀਰ ਦੀਆਂ ਸਾਰੀਆਂ ਜਿਹੜੀਆਂ ਪ੍ਰਣਾਲੀਆਂ ਉਹਨਾਂ ਦੇ ਵਿਕਾਸ ਲਈ ਸਹੀ ਤਰੀਕੇ ਨਾਲ ਕੰਮ ਕਰਨ ਲਈ ਸਪੋਰਟਸ ਇੱਕ ਬਹੁਤ ਜ਼ਰੂਰੀ ਜਿਹੜਾ ਹੈ ਅੰਗ ਆਪਣੇ ਮੰਨਿਆ ਗਿਆ ਹੈ ਇਸੇ ਕਰਕੇ ਹਰ ਸਕੂਲ ਦੇ ਵਿੱਚ ਸਪੋਰਟਸ ਦਾ ਵਿਸ਼ਾ ਇੱਕ ਆਮ ਵਿਸ਼ਾ ਵਾਂਗ ਕੰਪਲਸਰੀ ਵਿਸ਼ੇ ਦੇ ਤੌਰ ਤੇ ਜਿਹੜਾ ਚੱਲ ਰਿਹਾ ਹੈ ਤਾਂ ਕਿ ਹਰ ਬੱਚਾ ਜਿਹੜਾ ਹੈ ਈਵਨ ਆਪਣੇ ਸੈਂਟਰ ਦੀ ਸਰਕਾਰ ਵੀ ਆ ਖੇਲੋ ਪੰਜਾਬ ਖੇਲੋ ਇੰਡੀਆ ਦੇ ਨਾਂ ਤੇ ਪੂਰਾ ਟੂਰਨਾਮੈਂਟ ਚੱਲਦਾ ਹੈ ਜਿਸ ਦੇ ਵਿੱਚ ਉਹਨਾਂ ਦਾ ਇਹੀ ਮਕਸਦ ਹੈ ਕਿ ਹਰ ਬੱਚਾ ਉਹਨੂੰ ਖੇਡਣ ਦਾ ਮੌਕਾ ਮਿਲ ਜਾਏ ਹਰ ਬੱਚੇ ਨੂੰ ਖੇਡਣ ਦੇ ਲਈ ਸਮਾਂ ਦਿੱਤਾ ਜਾਵੇ ਹਰ ਬੱਚੇ ਲਈ ਜਿਹੜਾ ਹੈ ਉਹਦੇ ਲਈ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਣ ਜਾਂ